ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਸ਼੍ਰੀ ਦਰਬਾਰ ਸਾਹਿਬ ਨੂੰ ਮੜੀ ਕਿਸਨੇ ਆਖਿਆ? ਲੱਖ ਲਾਣਤਾਂ ਅਜਿਹੇ ਇਨਸਾਨਾਂ ਤੇ ਜੋ ਆਪਣੇ ਜ਼ਮੀਰ ਮਾਰ ਇਸ ਹੱਦ ਤੱਕ ਗਿਰ ਗਏ ਨੇ। ਤੇ ਉਲਟਾ ਦਰਬਾਰ ਸਾਹਿਬ ਨੂੰ ਇਹ ਦੱਸਦੇ ਆ ਕਿ ਭਾਜੀ ਬਿਲਡਿੰਗ ਹੈ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਤੇ ਇੱਥੋਂ ਤੱਕ ਇਹ ਵੀ ਕਹਿ ਤਾ ਇਹਨਾਂ ਨੇ, ਕਹਿੰਦੇ ਵੀ ਜਿਹੜੀ ਦਰਬਾਰ ਸਾਹਿਬ ਨਾਮ ਦੀ ਮੜੀ ਹੈ, ਕਹਿੰਦੇ ਵੀ ਉਹ ਸਿੱਖਾਂ ਨੂੰ ਆਪਣੇ ਮਨਾਂ ਵਿੱਚੋਂ ਢਾਉਣੀ ਪੈਣੀ ਹੈ। ਤੁਹਾਡੇ ਕੰਮ ਛਿੱਤਰ ਵਾਲੇ ਹੈ, ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਨੇਕੀ ਵਰਗੇ ਨਿਊਜ਼ੀਲੈਂਡ 'ਚ ਬੈਠੇ ਜਿਹੜੇ ਭੌਂਕੀ ਜਾਂਦੇ ਕੁੱਤੇ ਵਾਂਗ, ਤੁਹਾਡੇ ਸਵੇਰ 'ਤੇ ਉੱਠ ਕੇ ਸ਼ਾਮ ਤੱਕ ਲੋਕ ਤੁਹਾਡੇ ਜੁੱਤੀਆਂ ਮਾਰਦੇ, 100 ਗਾਲ ਹੈ ਬੰਦਾ ਤੁਹਾਨੂੰ ਕੱਢਦਾ ਸਵੇਰ 'ਤੇ ਲੈ ਕੇ ਸ਼ਾਮ ਤੱਕ, ਠੀਕ ਆ। ਅਤੇ ਤੂੰ ਕਹਿੰਦਾ ਉਸ ਮੜੀ ਨੂੰ, ਪਹਿਲੀ ਗੱਲ ਤਾਂ ਇਹ ਜਿੱਥੇ ਸਾਡਾ ਸਤਿਗੁਰ ਬੈਠਦਾ ਉਹ ਚੀਜ਼ ਤੂੰ ਮੜੀ ਕਹਿ ਰਿਹਾ ਵੀ ਤੇਰੇ ਅੰਦਰ ਕਿੰਨਾ ਕੁ ਗੰਦ ਭਰਿਆ ਵਾ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਕੁਝ ਪ੍ਰਚਾਰਕ ਸ਼੍ਰੇਣੀ ਅਜਿਹੀ ਸਿੱਖ ਕੌਮ ਦੇ ਵਿੱਚ ਆ ਗਈ ਹੈ ਜੋ ਆਏ ਦਿਨ ਗੁਰੂ ਉੱਤੇ, ਗੁਰੂ ਦੀ ਬਾਣੀ ਉੱਤੇ, ਗੁਰੂਆਂ ਦੀ ਅਮਰ ਕਹਾਣੀ ਉੱਤੇ ਸਾਨੂੰ ਕਿੰਤੂ ਕਰਦੀ ਹੋਈ ਨਜ਼ਰ ਆਉਂਦੀ ਹੈ। ਅਤੇ ਹੁਣ ਆਲਮ ਇਹ ਆ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ, ਜਿਸ ਨੂੰ ਸਿੱਖ ਕੌਮ ਆਪਣਾ ਸਭ ਕੁਝ ਮੰਨਦੀ ਹੈ, ਜਿਸ ਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ ਹੈ, ਅੱਜ ਇਹ ਮਸੰਤ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਮੜੀ ਦੱਸਣ ਲੱਗ ਪਏ ਨੇ। ਤੇ ਲਾਣਤਾਂ ਅਜਿਹੇ ਪ੍ਰਚਾਰਕਾਂ ਤੇ ਲਾਣਤਾਂ ਅਜਿਹੇ ਲੋਕਾਂ ਤੇ ਜੋ ਇਹਨਾਂ ਨੂੰ ਸੁਣਦੇ ਨੇ, ਫਿਰ ਗੱਲ ਚਾਹੇ ਹਰਨੇਕ ਬਦਨੇਕੀ ਦੀ ਹੋਵੇ ਜਾਂ ਭਾਈ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਦੀ, ਕਿਉਂਕਿ ਸਿੱਖ ਕੌਮ ਅਜਿਹੇ ਪ੍ਰਚਾਰ ਪ੍ਰਸਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਆਖਿਰ ਇਸ ਸਾਰੇ ਮਸਲੇ ਦੇ ਉੱਤੇ ਕੀ ਕਹਿ ਰਹੇ ਨੇ ਭਾਈ ਗੁਰਜਿੰਦਰ ਸਿੰਘ ਜਿੰਦ ਵਡਾਲੀ, ਤੁਸੀਂ ਆਪ ਸੁਣੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਪੰਥ ਵਿੱਚ ਕੁਝ ਨਾਸਤਿਕ ਬੱਤੀ ਦੇ ਬੰਦੇ ਜਿਹੜੇ ਨਿਹਾਇਤ ਸਿਰੇ ਦੇ, ਕਹਿ ਲਈਏ ਵੀ ਰਾਮ ਰਈਆਂ ਨਾਲੋਂ ਵੀ ਗਏ ਗੁਜਰੇ ਬੰਦੇ ਆ, ਸਿੱਖੀ ਵਿੱਚੋਂ ਹਰ ਇੱਕ ਗੱਲ ਉਹ ਮਨਫੀ ਕਰਦੇ ਆ, ਸਾਰਾ ਕੁਝ ਖੰਡਨ ਕਰਦੇ, ਅਤੇ ਇੱਥੋਂ ਤੱਕ ਕਿ ਹੁਣ ਦਰਬਾਰ ਸਾਹਿਬ ਉੱਤੇ ਵੀ ਇਹ ਬੰਦੇ ਸ਼ਬਦੀ ਤੌਰ 'ਤੇ ਇਹ ਅਟੈਕ ਕਰ ਰਹੇ ਆ। ਇਹਨਾਂ ਦੀ ਗੰਦੀ ਮਾਨਸਿਕਤਾ ਦੇਖੋ ਕਿੱਥੇ ਕੁ ਜਾ ਕੇ ਖੜ ਗਈ ਹੈ। ਇਹ ਗੰਦੀ ਨਾਲੀ ਦੇ ਕੀੜਿਆਂ ਤੋਂ ਵੀ ਮੈਂ ਕਹਿੰਦਾ ਬੱਤਰੇ ਬੰਦੇ ਆ, ਇੱਦਾਂ ਦੀ ਇਹਨਾਂ ਦੀ ਸੋਚ ਆ, ਠੀਕ ਹੈ ਜੀ। ਹੁਣ ਹੈਰਾਨਗੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਇਹ ਬੰਦੇ ਦਾਅਵਾ ਕਰਦੇ ਆ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਦੇ ਨਾਲ ਚੱਲਣ ਦਾ, ਠੀਕ ਹੈ। ਅਤੇ ਉਲਟਾ ਦਰਬਾਰ ਸਾਹਿਬ ਨੂੰ ਇਹ ਦੱਸਦੇ ਆ ਕਿ ਉੱਥੇ ਜੀ ਬਿਲਡਿੰਗ ਹੈ, ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਅਤੇ ਇੱਥੋਂ ਤੱਕ ਇਹ ਵੀ ਕਹਿ ਤਾ ਇਹਨਾਂ ਨੇ, ਕਹਿੰਦੇ ਵੀ ਜਿਹੜੀ ਦਰਬਾਰ ਸਾਹਿਬ ਨਾਮ ਦੀ ਮੜੀ ਹੈ, ਕਹਿੰਦਾ ਵੀ ਉਹ ਸਿੱਖਾਂ ਨੂੰ ਆਪਣੇ ਮਨਾਂ ਵਿੱਚੋਂ ਢਾਉਣੀ ਪੈਣੀ ਹੈ। ਹੱਦ ਹੁੰਦੀ ਹੈ ਯਾਰ, ਇੱਕ ਧੇਲੇ ਦਾ ਬੰਦਾ, ਦੁੱਖ ਤੇ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਨੂੰ ਕਹਿੰਦਾ ਵੀ ਮੜੀ, ਉਹ ਮੜੀ ਸਿੱਖਾਂ ਨੂੰ ਆਪਣੇ ਦਿਮਾਗ 'ਚੋਂ ਢਾਉਣੀ ਪੈਣੀ ਹੈ ਨਾ। ਇਹਨਾਂ ਦੀ ਦੋਗਲਾ ਕਿਰਦਾਰ ਦੇਖੋ ਕਿਹੋ ਜਿਹਾ, ਕਿੱਦਾਂ ਇਹ ਸਿੱਖੀ ਦਾ ਘਾਣ ਕਰਨ 'ਤੇ ਤੁਲੇ ਹੋਏ, ਲੇਕਿਨ ਚਲੋ ਸਿੱਖੀ ਕੋਈ ਪਰਵਾਹ ਨਹੀਂ ਹੈ ਇਸ ਚੀਜ਼ ਦੀ। ਇਹੋ ਜਿਹੇ ਮਸੰਦ ਬਹੁਤ ਆਏ, ਪਹਿਲਾਂ ਬਹੁਤ ਚਲੇ ਗਏ, ਜਵਾਬ ਪਹਿਲਾਂ ਵੀ ਦਿੱਤੇ ਆ ਅਤੇ ਹੁਣ ਵੀ ਦਿੰਦੇ ਆ ਰਹੇ ਹੈ ਨਾ। ਹੁਣ ਇਹ ਕਹਿੰਦਾ ਵੀ ਦਰਬਾਰ ਸਾਹਿਬ ਨਾਮ ਦੀ ਮੜੀ ਹੈ ਜਿਹੜੀ, ਉਹ ਸਿੱਖਾਂ ਨੇ ਮਨਾਂ 'ਚੋਂ ਢਾਉਣੀ ਪੈਣੀ। ਗੁਰਬਾਣੀ ਦੇ ਵਿੱਚ ਆਉਂਦਾ ਹੈ, ਠੀਕ ਹੈ ਵੀ, ਜਿੱਥੇ ਜਾਏ ਵਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜ। ਮਹਾਰਾਜ ਕਹਿੰਦੇ ਵੀ ਜਿੱਥੇ ਮੇਰਾ ਸਤਿਗੁਰ ਜਾ ਕੇ ਬੈਠ ਚਲੇ, ਜਿਹੜਾ ਥਾਨ ਹੈ ਮਤਲਬ ਵਧੀਆ ਹੈ ਨਾ, ਵੀ ਉਹ ਕਿੰਨਾ ਕੁ ਪੂਜਨੀਕ ਸਥਾਨ ਹੈ ਜਿੱਥੇ ਮੇਰਾ ਸਤਿਗੁਰ ਬੈਠਦਾ ਹੈ।
ਹੁਣ ਉੱਥੇ ਕੀ ਹੈ ਦਰਬਾਰ ਸਾਹਿਬ ਦੇ ਵਿੱਚ? ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ, ਠੀਕ ਹੈ, ਉੱਥੇ ਸਾਡਾ ਸਤਿਗੁਰੂ ਬੈਠਾ ਉੱਥੇ, ਠੀਕ ਹੈ ਜੀ, ਦੁਨੀਆਂ ਦੇ ਰਾਜੇ ਮਹਾਰਾਜੇ ਉੱਥੇ ਆ ਕੇ ਸਿਰ ਝੁਕਾਉਂਦੇ, ਠੀਕ ਹੈ ਜੀ। ਸੋ ਇੱਕ ਪਾਸੇ ਕਹਿ ਰਹੇ ਅਸੀਂ ਗੁਰਬਾਣੀ ਦੇ ਮੁਤਾਬਕ ਚੱਲਦੇ, ਦੂਜੇ ਪਾਸੇ ਗੁਰਬਾਣੀ ਨੂੰ ਚੁਟਲਾ ਵੀ ਰਹੇ ਹਾਂ ਬੰਦੇ, ਇਹ ਕਹਿ ਕੇ ਹੈਰਾਨਗੀ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਨੇ ਉਹਦੀ ਮੀਂਹ ਰਖਵਾਈ ਸਾਈਂ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ, ਠੀਕ ਹੈ। ਫਿਰ ਤਾਂ ਉਹ ਸਾਡੇ ਗੁਰੂ ਮੂਰਖ ਸੀ ਕਿ ਤੁਸੀਂ ਕੱਲ੍ਹ ਜੰਮੇ ਦੁੱਖ ਤਿੱਕ ਬੰਦੇ ਗੰਦੀ ਨਾਲੀ ਦੇ ਕੀੜੇ, ਕਹਿੰਦੇ ਉਹ ਮੜੀ ਹੈ ਵੀ ਸਾਨੂੰ ਦਿਮਾਗ ਘਟਾਉਣੀ ਪਊਗੀ। ਗੁਰੂ ਸਾਹਿਬ ਨੇ ਮੀਂਹ ਰਖਾਈ ਸਾਈਂ ਮੀਆਂ ਮੀਰ ਜੀ ਤੋਂ, ਠੀਕ ਹੈ, ਅਤੇ ਆਪ ਹੱਥੀਂ ਉੱਥੇ ਸੇਵਾ ਕਰੀ ਅਤੇ ਕਰਵਾਈ, ਠੀਕ ਹੈ ਜੀ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਸੋਨੇ ਦੇ ਪੱਤਰੇ ਚੜ੍ਹਾਏ। ਕਿੱਡੀ ਵੱਡੀ ਯਾਰ ਮੰਨ ਲਓ ਸੇਵਾ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ, ਸਾਡੇ ਗੁਰੂਆਂ ਨੇ ਪਾਤਸ਼ਾਹੀਆਂ ਨੇ ਉੱਥੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸ਼੍ਰੀ ਹਰਗੋਬਿੰਦ ਪਾਤਸ਼ਾਹ ਨੇ, ਠੀਕ ਹੈ, ਸਾਡੇ ਰਾਜਨੀਤਿਕ ਫੈਸਲੇ ਉੱਥੋਂ ਲਏ ਜਾਂਦੇ ਆ, ਉੱਥੇ ਵੱਡੇ ਵੱਡੇ ਜਰਨੈਲ ਕਹਿ ਲਈਏ ਰਾਜੇ ਵੀ ਉੱਥੇ ਝੁਕੇ ਆ ਕੇ, ਮਹਾਰਾਜਾ ਰਣਜੀਤ ਸਿੰਘ ਵਰਗੇ ਉੱਥੇ ਝੁਕੇ ਆ, ਉੱਥੇ ਪੇਸ਼ ਹੋਏ ਆ, ਠੀਕ ਹੈ ਜੀ। ਸੋ ਇਹ ਬੰਦੇ ਕੌਣ ਹੁੰਦੇ ਆ ਉਸ ਚੀਜ਼ ਨੂੰ ਮੜੀ ਦੱਸਣ ਵਾਲੇ, ਦੇਣ ਜਵਾਬ ਇਹ ਬੰਦੇ ਹੈ। ਮਸਲਾ ਕੀ ਆ ਕਿ ਇੱਕ ਸਿਰਫ ਈਰਖਾ ਸਿੱਖਾਂ ਪ੍ਰਤੀ, ਈਰਖਾ ਹੀ ਆ, ਹੋਰ ਕੀ ਆ, ਕਿ ਸਿੱਖਾਂ ਦੀ ਚੜ੍ਹਦੀ ਕਲਾ ਕਿਉਂ ਆ ਕਿ ਸਾਨੂੰ ਕਿਉਂ ਨਹੀਂ ਕੋਈ ਪੁੱਛਦਾ? ਤੁਹਾਨੂੰ ਦੁੱਖ ਤਿੱਕ ਬੰਦਿਆਂ ਨੂੰ ਪੁੱਛ ਕੇ ਲੈਣਾ ਵੀ ਕੀ ਕਿਸੇ ਨੇ? ਤੁਹਾਡੇ ਕੰਮ ਛਿੱਤਰਾਂ ਵਾਲੇ ਆ, ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਨੇਕੀ ਵਰਗੇ ਨਿਊਜ਼ੀਲੈਂਡ 'ਚ ਬੈਠੇ ਜਿਹੜੇ ਭੌਂਕੀ ਜਾਂਦੇ ਕੁੱਤੇ ਵਾਂਗ, ਤੁਹਾਡੇ ਸਵੇਰ 'ਤੇ ਉੱਠ ਕੇ ਸ਼ਾਮ ਤੱਕ ਲੋਕ ਤੁਹਾਡੇ ਜੁੱਤੀਆਂ ਮਾਰਦੇ, 100 ਗਾਲ ਹੈ ਬੰਦਾ ਤੁਹਾਨੂੰ ਕੱਢਦਾ ਸਵੇਰ 'ਤੇ ਲੈ ਕੇ ਸ਼ਾਮ ਤੱਕ, ਤੁਹਾਡੀ ਔਕਾਤ ਕੀ ਹੈ? ਤੁਹਾਡੀ ਇਹੀ ਔਕਾਤ ਹੈ ਬਸ, ਠੀਕ ਆ। ਅਤੇ ਤੂੰ ਕਹਿੰਦਾ ਉਸ ਮੜੀ ਨੂੰ, ਪਹਿਲੀ ਗੱਲ ਤਾਂ ਇਹ ਜਿੱਥੇ ਸਾਡਾ ਸਤਿਗੁਰ ਬੈਠਦਾ ਉਸ ਚੀਜ਼ ਤੂੰ ਮੜੀ ਕਹਿ ਰਿਹਾ ਵੀ ਤੇਰੇ ਅੰਦਰ ਕਿੰਨਾ ਕੁ ਗੰਦ ਭਰਿਆ ਵਾ ਹੋਊਗਾ, ਇਹ ਬੰਦੇ ਸਿੱਧਾ ਹਿਸਾਬ ਲਾ ਸਕਦੇ। ਹੁਣ ਜਿਹੜੇ ਬੰਦੇ ਨੂੰ ਫੋਲੋ ਕਰਦੇ ਆ, ਕੀ ਤੁਸੀਂ ਜਮਾਂ ਹੀ ਬੂਝਣ ਹੈ ਸਿਰੇ ਦੇ ਬੂਝਣ ਹੈ ਤੁਸੀਂ? ਵਾਕਈ ਤੁਸੀਂ ਬੂਝਣ? ਜਿਹੜੇ ਬੰਦੇ ਆ ਗੱਲ ਸੁਣ ਰਹੇ ਆ ਥੱਲੇ ਬੈਠ ਕੇ ਤੇ ਥੱਲੇ ਹਾਹਾ ਹੀ ਕਰ ਰਹੇ, ਤੁਹਾਡੇ ਤੋਂ ਵੱਡਾ ਗੁਰੂ ਦੁਖੀ ਕੌਣ ਹੋਊਗਾ ਦੱਸੋ? ਇੱਕ ਬੰਦਾ ਤੁਹਾਡੇ ਹਰਿਮੰਦਰ ਸਾਹਿਬ ਨੂੰ ਜਿੱਥੇ ਸਤਿਗੁਰਾਂ ਨੇ ਆਪ ਸੇਵਾ ਕਰੀ ਹੈ, ਉਹ ਉਸਾਰੀ ਕਰਵਾਈ ਹੈ ਉਹਦੀ, ਉਹਨੂੰ ਕਹਿੰਦਾ ਵੀ ਇਹ ਮੜੀ ਸਿੱਖਾਂ ਦੇ ਮਨਾਂ 'ਚ ਢਾਉਣੀ ਪਊ? ਕਮਾਲ ਹੋਈ ਪਈ ਹੈ ਯਾਰ। ਥਾਂ ਥਾਂ ਮਹਾਰਾਜ ਨੇ ਕਿਲੇ ਬਣਵਾਏ, ਠੀਕ ਹੈ, ਅਨੰਦਪੁਰ ਸਾਹਿਬ ਬਣਿਆ, ਸ਼ਹਿਰ ਵਸਾਏ, ਦੱਸੋ ਉਹ ਇਹਨਾਂ ਨੂੰ ਮੜੀਆਂ ਲੱਗਦੇ ਆ? ਅਤੇ ਆਪਣੇ ਪਰਮੇਸ਼ਰ ਦੁਆਰ ਬਣਾਈ ਬੈਠੇ ਆ ਉਹ, ਉੱਥੇ ਮੈਂ ਕਹਿੰਦਾ ਸਵੀਮਿੰਗ ਪੂਲ ਵੀ ਬਣਿਆ ਵਾ, ਠੀਕ ਆ, ਅਤੇ ਕਰੋੜਾਂ ਰੁਪਈਏ ਦੇ ਬਾਥਰੂਮ ਵੀ ਉੱਥੇ ਬਣੇ ਹੋਏ ਆ, ਸ਼ਾਂਤੀ ਕੁੰਜ ਵੀ ਉੱਥੇ ਬਣਿਆ ਹੋਇਆ। ਉਹ ਫਿਰ ਉਹ ਕੀ ਨੇ? ਅਸਲੀ ਤਾਂ ਉਹ ਹੈ ਮੜੀਆਂ ਜਿਹੜੀਆਂ ਆਪ ਡੇਰੇਦਾਰਾਂ ਨੇ ਬਣਾਈਆਂ ਹੋਈਆਂ, ਪੈਸੇ ਕਮਾਉਣ ਦੇ ਸਾਧਨ ਇਕੱਠੇ ਕਰੇ ਹੋਏ ਇਹਨਾਂ ਬੰਦਿਆਂ ਨੇ। ਕਹੇ ਤੁਸੀਂ ਹਰਿਮੰਦਰ ਸਾਹਿਬ ਨੂੰ ਰਹੇ ਵੀ ਮੜੀ ਹੈ ਸਿੱਖਾਂ ਦੇ ਮਨ 'ਚ ਢਾਉਣੀ ਪਊਗੀ? ਮੈਂ ਦੱਸ ਦੇਣਾ ਚਾਹੁੰਦਾ ਭਾਈ, ਉੱਥੇ ਇਕੱਲੇ ਸਿੱਖ ਨਹੀਂ ਆਉਂਦੇ, ਠੀਕ ਆ, ਉੱਥੇ ਹਰ ਇੱਕ ਮਜ਼ਹਬ ਦਾ ਬੰਦਾ ਆਉਂਦਾ ਹੈ ਉਪਦੇਸ਼ ਚੌਂ ਵਰਣਾ ਕੋ ਸਾਂਝਾ। ਚਾਰ ਦਰਵਾਜ਼ੇ ਉੱਥੇ ਇਕੱਲੇ ਸਿੱਖਾਂ ਲਈ ਨਹੀਂ ਹੈਗੇ ਕਿ ਤੂੰ ਆਪਣੇ ਦਾਅਵੇਦਾਰੀ ਠੋਕਦਾ ਉੱਥੇ, ਠੀਕ ਆ ਨਾ। ਸੋ ਇਹੋ ਜਿਹੇ ਇਹ ਬੰਦੇ ਆ ਜਿਹੜੇ ਸਾਡੇ ਗੁਰਧਾਮਾਂ ਨੂੰ, ਗੁਰਧਾਮਾਂ ਪ੍ਰਤੀ ਕਿੰਨੀ ਕੁ ਗੰਦੀ ਸੋਚ ਏ ਚੱਕੀ ਫਿਰਨੇ ਬੰਦੇ, ਕਿ ਇਹ ਗੁਰੂ ਦੇ ਰਾਹ 'ਤੇ ਚੱਲਣ ਵਾਲੇ ਹੋ ਸਕਦੇ ਆ ਬੰਦੇ? ਆਪਣਾ ਦਿਮਾਗ ਖੋਪੜ ਮੜਾ ਜਿਹਾ ਖੋਲ੍ਹ ਕੇ ਸੋਚੋ ਵੀ ਜਿਹੜੇ ਗੁਰੂ ਘਰ ਨੂੰ ਆਪ ਹੱਥੀਂ ਤਿਆਰ ਕਰਵਾਇਆ ਮਹਾਰਾਜ ਨੇ, ਉੱਥੇ ਪ੍ਰਕਾਸ਼ ਕੀਤਾ, ਆਪ ਭੁੰਜੇ ਸੌਂਦੇ ਰਹੇ, ਮਹਾਰਾਜ ਦਾ ਪ੍ਰਕਾਸ਼ ਉੱਪਰ ਕਰਦੇ ਰਹੇ ਗੁਰੂ ਅਰਜਨ ਪਾਤਸ਼ਾਹ ਜੀ, ਉਹਨੂੰ ਕਹਿੰਦਾ ਇਹ ਮੜੀ ਹੈ। ਔਰ ਉੱਥੇ ਚੰਗੇ ਚੰਗੇ ਪਾਪੀ ਠਠੰਬਰ ਜਾਂਦੇ ਆ ਉੱਥੇ ਜਾ ਕੇ, ਉੱਥੇ ਜੋ ਸ਼ਾਂਤੀ ਮਿਲਦੀ ਹੈ, ਕਿਉਂਕਿ ਇਹਨਾਂ ਨੇ ਉਹ ਸ਼ਾਂਤੀ ਦੇਖੀ ਨਹੀਂ, ਇਹਨਾਂ ਦੇ ਕੰਮ ਇਹਨਾਂ ਦੇ ਮਤਲਬ ਵੀ ਕਰਮਾਂ 'ਚ ਹੈ ਨਹੀਂ ਉਹ ਚੀਜ਼, ਹੈ ਨਾ। ਉੱਥੇ ਹਰਿਮੰਦਰ ਸਾਹਿਬ ਜਾਂਦੇ ਆ, ਅੰਦਰ ਬੈਠ ਕੇ ਦੋ ਘੜੀ ਉੱਥੇ
ਜਿਹੜਾ ਬੰਦਾ ਬੈਠਦਾ ਨਾ ਉਹਨੂੰ ਪਤਾ ਵੀ ਉੱਥੇ ਕੀ ਹੈ ਕਿ ਮੜੀ ਹੈ ਜਾਂ ਜੰਨਤ ਹੈ। ਠੀਕ ਹੈ ਨਾ। ਸੋ ਇਹ ਜੇ ਦੁੱਖ ਦੇਖ ਕਰੀ ਆ ਬੰਦੇ ਜਿਹੜੇ ਮੈਂ ਕਹਿੰਦਾ ਨਿਹਾਇਤ ਸਿਰ ਇਹਦੇ ਗੰਦ ਬੰਦੇ ਹੀ ਯਾਰ, ਇਹਨਾਂ ਨੂੰ ਕੋਈ ਸਾਰਾ ਕੁੱਤਾ ਨਹੀਂ ਪੁੱਛਣਾ। ਕਹਿ ਲਈਏ ਰੇਡੀਓ ਦੇ ਉੱਤੇ ਆ ਕੇ ਲੋਕ ਵੀ ਉਹ ਕੁੱਤੇ ਖਾਣੀ ਕਰਦੇ, ਤੁਸੀਂ ਗੱਲ ਛੱਡ ਦਿਓ। ਇਹ ਬੰਦੇ ਦੱਸਣਗੇ ਹੁਣ ਕਿ ਸਿੱਖਾਂ ਦੇ ਦਿਮਾਗ ਚੋਂ ਹਰਿਮੰਦਰ ਸਾਹਿਬ ਨੂੰ ਮੜੀ ਕਹਿ ਕੇ ਇਹ ਧੋਣ ਦੀਆਂ ਗੱਲਾਂ ਕਰਦਾ। ਤੁਸੀਂ ਹੈ ਕੌਣ ਯਾਰ ਦੱਸ, ਪੰਜ ਚੋਂ ਛੇਕੇ ਹੋਏ ਬੰਦੇ ਆ ਤੁਸੀਂ, ਕੁੱਤਾ ਤੁਹਾਨੂੰ ਕੋਈ ਪੁੱਛਦਾ ਨਹੀਂ, ਹਰਿਮੰਦਰ ਸਾਹਿਬ ਦੇ ਦਰਸ਼ਨ ਤੱਕ ਤੁਸੀਂ ਨਹੀਂ ਕਰ ਸਕਦੇ। ਕਮਾਲ ਹੋਈ ਭਾਈ। ਸੋ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ। ਠੀਕ ਹੈ। ਹਰਿਮੰਦਰ ਸਾਹਿਬ ਤਾਂ ਬਦਾਲੀ ਦੇ ਟਾਈਮ ਨਹੀਂ ਕੋਈ ਵਿਗੜਿਆ, ਇਹਦਾ ਨਾ ਹੁਣ ਵਿਗੜਨਾ, ਤੁਸੀਂ ਫਿਕਰ ਨਾ ਕਰੋ ਇਸ ਚੀਜ਼ ਦੀ। ਉੱਥੇ ਦੁਨੀਆਂ ਦੇ ਰਾਜੇ ਮਹਾਰਾਜੇ ਸਿਰ ਝੁਕਾਉਂਦੇ ਸੀ, ਉੱਥੇ ਝੁਕਾਉਂਦੇ ਹੀ ਰਹਿਣਾ। ਸੰਗਤ ਦੁੱਗਣੀ ਉੱਥੇ ਆਉਣੀ ਹੈ। ਗੁਰੂ ਘਰ ਦੀਆਂ ਖੁਸ਼ੀਆਂ ਪਹਿਲਾਂ ਵੀ ਪ੍ਰਾਪਤ ਕਰਦੇ ਸੀ ਲੋਕ, ਅਤੇ ਅੱਜ ਵੀ ਕਰਦੇ ਅਤੇ ਕਰਦੇ ਰਹਿਣਾ। ਤੁਹਾਡੇ ਵਰਗੇ, ਤੁਹਾਡੇ ਵਰਗੀ ਕਤੀੜ ਹੈ ਨਾ ਜਿਹੜੀ, ਉਹ ਬਹੁਤ ਚਿਰ ਪਹਿਲਾਂ ਦੀ ਭੌਂਕਦੀ ਹੈ। ਉਹਨਾਂ ਦਾ ਕੰਮ ਹੈ ਭੌਂਕਣਾ ਹੈ, ਭੌਂਕ ਹੀ ਸਕਦੀ ਹੈ ਉੱਥੇ ਬੈਠੀ, ਬਸ ਹੋਰ ਕੁਝ ਨਹੀਂ ਕਰ ਸਕਦੀ। ਠੀਕ ਆ। ਸੋ ਇੰਨੀ ਕਾਕਾਤ ਹੈ ਤੁਹਾਡੀ। ਸੋ ਸੰਗਤ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਕੁੱਤਿਆਂ ਤੋਂ ਮਾੜਾ ਸੁਚੇਤ ਰਹੋ, ਇਹ ਬੰਦੇ ਤੁਹਾਡੇ ਹੀ ਗੁਰਧਾਮਾਂ ਉੱਤੇ ਭੌਂਕ ਰਹੇ ਹੈ, ਸ਼ਰਮ ਕਰੋ ਮਾੜੀ ਮੋਟੀ। ਸੋ ਇੰਨੀਆਂ ਕੁ ਬੇਨਤੀ ਜੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸਲ ਪ੍ਰਚਾਰਕ ਉਹ ਹੁੰਦਾ ਹੈ ਜੋ ਆਪਣੇ ਧਰਮ ਵਿੱਚ ਪੱਕਾ ਰਹੇ, ਆਪਣੇ ਆਪ ਨੂੰ ਆਪਣੇ ਧਰਮ ਵਾਸਤੇ ਪ੍ਰਪੱਖ ਰੱਖੇ, ਬਜ਼ੁਰਗ ਰਹਿਤਾ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਉੱਚੀ ਸੁੱਚੀ ਜੀਵੇ। ਪਰ ਅੱਜ ਕੱਲ੍ਹ ਦੀ ਪ੍ਰਚਾਰਕ ਸ਼੍ਰੇਣੀ ਵਾਸਤੇ ਪ੍ਰਚਾਰ ਸਿਰਫ ਇੱਕ ਧੰਦਾ ਬਣ ਕੇ ਰਹਿ ਗਿਆ, ਬਿਜ਼ਨਸ ਬਣ ਕੇ ਰਹਿ ਗਿਆ, ਅਤੇ ਇਹ ਲਾਈਮਲਾਈਟ ਵਿੱਚ ਆਉਣ ਵਾਸਤੇ, ਯੂਟਿਊਬ 'ਤੇ ਆਪਣੇ ਵਿਊਜ਼ ਵਧਾਉਣ ਵਾਸਤੇ, ਜਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਤਹਿਤ ਗੁਰਰਾਹੇ ਪਾਉਣ ਵਾਸਤੇ ਕਿਸੇ ਵੀ ਹੱਦ ਤੱਕ ਡਿੱਗਣ ਨੂੰ ਤਿਆਰ ਬੈਠੇ ਨੇ। ਇਸ ਲਈ ਸਿੱਖ ਸੰਗਤ ਦਾ ਫਰਜ਼ ਬਣਦਾ ਹੈ ਕਿ ਉਹ ਆਪ ਸੁਚੇਤ ਹੋ ਜਾਣ ਅਜਿਹੇ ਪ੍ਰਚਾਰਕਾਂ ਤੋਂ, ਅਜਿਹੇ ਨੇਕੀ ਵਰਗੇ ਲੋਕਾਂ ਤੋਂ, ਜੋ ਆਏ ਦਿਨ ਆਪਣੀ ਘਟੀਆ ਸ਼ਬਦਾਵਲੀ ਦੇ ਨਾਲ ਕੁਝ ਨਾ ਕੁਝ ਸਿੱਖ ਇਤਿਹਾਸ ਬਾਰੇ, ਗੁਰੂਆਂ ਦੀ ਬਾਣੀ ਬਾਰੇ ਬਕਵਾਸ ਕਰਦੇ ਰਹਿੰਦੇ ਨੇ, ਜਿਸ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ। ਜਦੋਂ ਤੱਕ ਸਿੱਖ ਸੰਗਤ ਆਪ ਸੁਚੇਤ ਨਹੀਂ ਹੋਵੇਗੀ, ਆਪ ਇੱਕਜੁੱਟ ਇੱਕਮੁੱਠ ਹੋ ਕੇ ਅਜਿਹੇ ਅਖੌਤੀ ਪ੍ਰਚਾਰਕਾਂ ਨੂੰ, ਅਜਿਹੇ ਘਟੀਆ ਮਸੰਤਾਂ ਨੂੰ ਜਵਾਬ ਨਹੀਂ ਦੇਵੇਗੀ, ਉਦੋਂ ਤੱਕ ਇਹਨਾਂ ਨੂੰ ਨੱਥ ਪਾਣੀ ਔਖੀ ਹੈ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਆ ਗਿਆ ਹੈ ਕਿ ਅਜਿਹਾ ਪ੍ਰਚਾਰ ਕਰਨ ਵਾਲਾ, ਚਾਹੇ ਕੋਈ ਵੀ ਸ਼ਖਸ ਹੋਵੇ ਜੋ ਗੁਰਮਤ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਪ੍ਰਚਾਰ ਪ੍ਰਸਾਰ ਕਰ ਰਿਹਾ ਹੋਵੇ, ਜੋ ਗੁਰੂ ਦੀ ਬਾਣੀ 'ਤੇ ਕਿੰਤੂ ਕਰ ਰਿਹਾ ਹੋਵੇ, ਜੋ ਮਨ ਮਤ ਪ੍ਰਸਾਰ ਰਿਹਾ ਹੋਵੇ, ਉਸ ਨੂੰ ਉਸ ਦੇ ਦੀਵਾਨ ਵਿੱਚ ਹੀ ਮੂੰਹ ਤੋੜ ਜਵਾਬ ਦਿੱਤਾ ਜਾਵੇ, ਸਵਾਲ ਪੁੱਛੇ ਜਾਣ। ਅਤੇ ਜੇਕਰ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਅਸਕਸ਼ਮ ਲੱਗਦਾ ਹੈ, ਜਾਂ ਤੁਹਾਨੂੰ ਆਪਣੇ ਦੀਵਾਨ ਹਾਲ 'ਚੋਂ ਬਾਹਰ ਕਢਵਾਉਂਦਾ ਹੈ ਆਪਣੇ ਗੁੰਡਿਆਂ ਦਾ ਸਹਾਰਾ ਲੈ ਕੇ, ਜਾਂ ਆਪ ਉੱਥੋਂ ਨੱਠ ਜਾਂਦਾ ਹੈ, ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਪ੍ਰਚਾਰਕ ਨਹੀਂ, ਸਿਰਫ ਅਤੇ ਸਿਰਫ ਉਹ ਮਸੰਦ ਨੇ ਜਿਹੜੇ ਸੋਚੀਆਂ ਸਮਝੀਆਂ ਕੋਚੀਆਂ ਚਾਲਾਂ ਦੇ ਚੱਲਦਿਆਂ ਸਿੱਖ ਕੌਮ ਨੂੰ ਗੁੰਮਰਾਹ ਕਰਨ 'ਤੇ ਲੱਗੇ ਹੋਏ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।